ਔਰ ਆ ਗਿਆ ਉਹਨੇ ਨਹੀਂ ਲਿਆਂਦੀ ਉਹਨਾਂ ਦੇ ਛਰਾਵੇ ਵੱਡੇ ਵੱਡੇ ਸਿਲੰਡਰ ਦੱਬੇ ਸਨ ਉਹਦੇ ਤੋਂ ਗੈਸ ਆ ਰਹੀ ਔਰ ਨਾਲ ਉਹਨੇ ਕਿਹਾ ਝੂਠੇ ਤੇ ਨਾ ਨੇ ਝੂਠੇ ਤੇ ਨਾ ਨੇ ਝੂਠੇ ਤੇ ਨਾ ਨੇ ਇਤਨਾ ਵਾਰੀ ਗੱਲ ਕੀਤੀ ਇੱਕ ਬੰਦਾ ਉਹਨਾਂ ਦੇ ਕੋਲ ਬੈਠਾ ਸੀ ਕਹਿੰਦਾ ਜੀ ਜੱਜ ਸਾਹਿਬ ਤੋਂ ਸੁਣਾ ਲਾ ਬਹੁਤ ਕਰੋ ਇਹ ਕੋਈ ਗੱਲ ਕਰਨ ਵਾਲੀ ਹੈ ਦੋ ਸਾਲ ਤੋਂ ਸਿਲੰਡਰ ਚੱਲਦੇ ਨਹੀਂ ਮੈਂ ਕਹਿੰਦੇ ਚੁੱਪ ਕਰੋ ਮੈਨੂੰ ਚੱਠੇ ਦੇ ਖਾਸ ਬੰਦੇ ਦੱਸਿਆ ਮੇਰੀ ਗੁਜ਼ਾਰਿਸ਼ ਹੈ ਜਿਹੜਾ ਐਡਾ ਜਿਹੜਾ ਐਡੀ ਸੋਚ ਰੱਖਦਾ ਹੋਵੇ ਉਹਨੇ ਕਿਸੇ ਇਲਾਕੇ ਦੀ ਕਿਸੇ ਹਲਕੇ ਦੀ ਨੁਮਾਇੰਦਗੀ ਕੀ ਕਰਨੀ ਅਸੈਂਬਲੀ ਚ ਇੱਕ ਵਾਰੀ ਤਸਵੀਰ ਵੇਖੀ ਮੈਂ ਨਹੀਂ ਕਵਾਂਗਾ ਇਹ ਕੀ ਕਰਦੇ ਸਰ ਮੈਂ ਔਰ ਤੁਸੀਂ ਤੁਹਾਨੂੰ ਪਤਾ ਕਿ ਉਹ ਕੀ ਕਰਦੇ ਗੁਜ਼ਾਰਿਸ਼ ਹੈ ਮੇਰੀ ਗੈਸ ਦੀ ਗੱਲ ਹੋ ਰਹੀ ਹੈ ਮੈਨੂੰ ਅੱਜ ਪਤਾ ਲੱਗਿਆ ਕਿ ਸਾਰੋਕੀ ਦੇ ਕਈ ਮੁਹੱਲੇ ਨੇ ਬਿਲਖਸੂਸ ਇਸਲਾਮਾਬਾਦ ਜਿੱਥੇ ਅਜੇ ਤੀਕਰ ਗੈਸ ਨਹੀਂ ਪਹੁੰਚੀ ਮੈਂ ਦਾਅਵੇ ਨਾਲ ਕਹਿ ਸਕਦਾ ਮਹਿਕਮੇ ਜਾ ਕੇ ਅੱਜ ਵੀ ਕਾਗਜ਼ਾਤ ਚੈੱਕ ਕਰ ਲਓ ਸਾਰੋਕੀ ਦਾ ਸਰਵੇ ਕਰਾ ਕੇ ਇੱਕ ਇੱਕ ਪਾਈ ਜਿਹੜੀ ਹੈ ਉਹਦੀ ਦੇ ਕੇ ਫਿਰ ਗੈਸ ਲੱਗਣੀ ਸ਼ੁਰੂ ਹੋਈ ਸੀ ਅਗਰ ਉਹ ਪੈਸੇ ਪੂਰੇ ਨਾ ਲਾਣ ਜਾਂ ਖਾਧੇ ਜਾਣ ਜਾਂ ਇੰਨੀ ਲੇਟ ਕਰ ਦੇਣ ਕਿ ਮਹਿੰਗਾਈ ਦੀ ਵਜ੍ਹਾ ਕਰਕੇ ਕੰਮ ਘੱਟ ਹੋਵੇ ਉਹਦਾ ਮੇਰੇ ਕੋਲ ਇਲਾਜ ਨਹੀਂ ਅਸੀਂ ਸਾਰੇ ਸਾਰੋਕੀ ਦਾ ਸਰਵੇ ਕਰਾ ਕੇ ਬੰਬੇ ਇਸਲਾਮਾਬਾਦ ਗੈਸ ਦੇ ਪੈਸੇ ਦੇ ਕੇ ਇੱਥੇ ਗੈਸ ਪਵਾਈ ਹੁਣ ਵੀ ਕੋਈ ਫਰਕ ਨਹੀਂ ਪੈਂਦਾ ਥੋੜ੍ਹੇ ਜਿਹੇ ਪੈਸੇ ਕਿਸੇ ਹੋਰ ਕੋਲੋਂ ਮੰਗ ਲਿਆ ਗਿਆ ਅਹਿਮਦ ਗੈਸ ਸਾਰੇ ਸਾਰੋਕੀ ਚ ਲੱਗੇਗੀ ਕੋਈ ਮਹੱਲਾ ਕੋਈ ਗਲੀ ਕੋਈ ਸ਼ਹਿਰ ਨਹੀਂ ਰਹਿ ਜਾਏਗੀ ਮੈਂ ਹੁਣ ਆਉਂਦਾ ਮੁਲਕ ਦੀ ਸੂਰਤ ਹਾਲ ਹੈ ਇਸ ਵੇਲੇ ਸਾਡੇ ਮੁਲਕ ਦੇ ਅੰਦਰੂਨੀ ਕਰਜ਼ਾ ਛੱਡ ਦਿਓ ਜਿਹੜਾ ਮੁਕਾਮੀ ਬੈਂਕਾਂ ਤੋਂ ਨੇ ਜਿਹੜੇ ਲੋਕ ਛਾਪੇ ਦੇ 92 ਅਰਬ ਡਾਲਰ ਦਾ ਬੈਨ ਅਲਗਵਾਮੀ ਕਰਜ਼ਾ ਦੇਣਾ ਜਿਹੜਾ ਕਿ ਜਦੋਂ ਮੁਸ਼ਰਫ ਹਕੂਮਤ ਛੱਡੀ ਸੀ ਉਦੋਂ 35 ਅਰਬ ਡਾਲਰ ਸੀ ਅੱਜ 92 ਅਰਬ ਡਾਲਰ ਹੋ ਗਿਆ ਇਹ ਕਰਜ਼ਾ ਇੰਨਾ ਜ਼ਿਆਦਾ ਹੈ ਕਿ ਮੈਨੂੰ ਨਹੀਂ ਸਮਝ ਆਉਂਦੀ ਕਿ ਅਦਾ ਕਿਵੇਂ ਕਰਾਂਗੇ ਹੁਣ ਮੈਂ ਤੁਹਾਨੂੰ ਮਿਸਾਲ ਦਿੰਦਾ ਮੈਂ ਅਗਰ ਚੇਅਰਮੈਨ ਸਾਹਿਬ ਕੋਲ ਜਾਵਾਂ ਔਰ ਇਹ ਅੱਲਾ ਦੇ ਫਜ਼ਲ ਨਾਲ ਬਹੁਤ ਵੱਡੇ ਸਰਮਾਏਦਾਰ ਹੋਣ ਤੇ ਮੈਂ ਇਹਨਾਂ ਨੂੰ ਕਹਾਂ ਚੇਅਰਮੈਨ ਸਾਹਿਬ ਨੂੰ 1 ਕਰੋੜ ਰੁਪਇਆ ਚਾਹੀਦਾ ਜ਼ਰਾ ਮਿਹਰਬਾਨੀ ਕਰੋ ਮੈਨੂੰ ਉਧਾਰਾ ਦੇ ਦਿਓ ਇਹ ਸੋਚਣਗੇ ਕਿ ਮੈਂ 1 ਕਰੋੜ ਦੇ ਦਿਆਂ ਤੇ ਚਲੋ ਇੰਨੇ ਯੁੱਗ ਹੈ ਚੰਗਾ ਕਿ 2-3-4 ਸਾਲ ਦੇ ਵਿੱਚ ਆਪਣੀ ਜ਼ਮੀਨ ਦੀ ਕਮਾਈ ਜੋ ਮੈਨੂੰ ਵਾਪਸ ਕਰ ਸਕਦਾ ਲੇਕਿਨ ਅਗਰ ਮੈਂ ਇਹਨਾਂ ਕੋਲ ਚਲਾ ਜਾਵਾਂ ਤੇ ਕਹਾਂ ਮੈਨੂੰ 1 ਅਰਬ ਰੁਪਇਆ ਦਿਓ ਫਿਰ ਮੈਨੂੰ ਕਹੇਗਾ ਚੰਗਾ ਸਾਹਿਬ ਪਾਗਲ ਹੋ ਗਏ ਹੋ ਮੈਂ 1 ਅਰਬ ਰੁਪਇਆ ਤੁਹਾਨੂੰ ਦਿਆਂਗਾ ਤੇ ਤੁਸੀਂ ਵਾਪਸ ਕਿੱਦਾਂ ਕਰੋਗੇ ਮੈਨੂੰ ਤੁਹਾਡੀ ਤੇ ਇੰਨੀ ਇਸਤਾਤ ਹੀ ਨਹੀਂ ਕਿ ਵਾਪਸ ਕਰ ਦੋ ਹੁਣ ਪਾਕਿਸਤਾਨ ਨੇ ਜਿੰਨਾ ਕਰਜ਼ਾ ਲੈ ਲਿਆ ਪਾਕਿਸਤਾਨ ਦੀ ਇਸਤਾਤ ਨਹੀਂ ਇਸ ਵਕਤ ਕਿ ਇੰਨੇ ਕਰਜ਼ੇ ਵਾਪਸ ਲਗਾ ਸਕੇ ਹਾਲਾਤ ਇਹ ਨੇ ਕਿ ਜਿਹੜੀ 6 ਮਾਈ ਕਿਸ਼ਤ ਹੁੰਦੀ ਹੈ ਉਹਨੂੰ ਅਦਾ ਕਰਨ ਲਈ ਔਰ ਉਹ ਕਿਸ਼ਤ ਸਿਰਫ ਸੂਦ ਹੁੰਦੀ ਹੈ ਉਹਦੇ ਵਿੱਚ ਅਸਰ ਨਹੀਂ ਹੁੰਦਾ ਉਹ ਕਿਸ਼ਤ ਅਦਾ ਕਰਨ ਲਈ ਸਾਨੂੰ ਮਜ਼ੀਦ ਕਰਜ਼ਾ ਲੈਣਾ ਪੈਂਦਾ ਜਿਹਦੇ ਨਤੀਜੇ ਕਰਜ਼ੇ ਦੇ ਵਿੱਚ ਹੋਰ ਇਜ਼ਾਫਾ ਹੋ ਜਾਂਦਾ ਇਹ ਸੂਰਤ ਹਾਲ ਹੈ ਅੱਜ ਮੁਲਕ ਕਿਵੇਂ ਵਾਪਸ ਕਰਾਂਗੇ ਅਗਰ ਇਹ ਸੂਰਤ ਹਾਲ ਰਹੀ ਕਿ ਕਰਜ਼ੇ ਲਵੋ ਬਾਹਰੋਂ ਚੌਥਾ ਗੁੱਸਾ ਲਾ ਛੱਡੋ ਬਾਕੀ ਲੈ ਕੇ ਤੇ ਬਾਹਰ ਟੁਰ ਜਾਓ ਅਗਰ ਇਹ ਹੋਣਾ ਤੇ ਫਿਰ ਤੇ ਕਦੀ ਵੀ ਨਹੀਂ ਅਦਾ ਹੋਏਗਾ ਲੇਕਿਨ ਅਗਰ ਅਸੀਂ ਮਿਹਨਤ ਕਰਕੇ ਢਿੱਡ ਤੇ ਪੱਥਰ ਬਣ ਕੇ ਢਿੱਡ ਤੇ ਪੱਥਰ ਬਣਨਾ ਪਏਗਾ ਪੂਰੀ ਕੌਮ ਨੂੰ ਢਿੱਡ ਤੇ ਪੱਥਰ ਬਣ ਕੇ ਇਮਾਨਦਾਰੀ ਨਾਲ ਆਪਣੀ ਜਿਹੜੀ ਕਮਾਈ ਹੈ ਉਹਦੇ ਨਾਲ ਆਵਾਮ ਦੀ ਵੀ ਖਿਦਮਤ ਕੀਤੀ ਜਾਏ ਔਰ ਕਰਜ਼ੇ ਵੀ ਵਾਪਸ ਕੀਤੇ ਜਾਣ ਫਿਰ ਹੀ ਜਾ ਕੇ 5-10 ਸਾਲ ਜਾ ਕੇ ਤੇ ਕਰਜ਼ੇ ਵਾਪਸ ਹੋ ਵਰਨਾ ਕੀ ਕਰਨਾ ਪਏਗਾ ਜਿੰਨਾ ਲੈਣਾ ਹੁੰਦਾ ਕਿਹੜਾ ਹੁੰਦਾ ਉਹ ਦੇਖਿਆ ਤੁਹਾਡੇ ਗਲਮੇ ਤੇ ਹੱਥ ਪਾਉਣ ਤੇ ਕਹਿਣ ਉਹ ਛੱਡ ਦਿਓ ਕਸ਼ਮੀਰ ਦਾ ਕਹਿਣਾ
ਛੱਡ ਦਿਓ ਕਿਉਂਕਿ ਹਿੰਦੁਸਤਾਨ ਬੜਾ ਕਰੀਬ ਹੈ ਉਹਨਾਂ ਦੇ। ਉਹ ਕਹਿਣਗੇ ਕਸ਼ਮੀਰ ਦਾ ਖਹਿੜਾ ਛੱਡ ਦਿਓ। ਹੁਣ ਕਸ਼ਮੀਰ ਦਾ ਖਹਿੜਾ ਛੱਡਾਂਗੇ ਤੇ ਕਸ਼ਮੀਰੀ ਕਿੱਥੇ ਜਾਣਗੇ? ਇੱਥੇ ਇੱਕ ਗੱਲ ਹੈ, ਦੂਜਾ ਸਾਡਾ ਸਾਰਾ ਪਾਣੀ ਕਸ਼ਮੀਰ ਚੋਂ ਆਉਂਦਾ ਹੈ। ਪਾਕਿਸਤਾਨ ਨੂੰ ਜੇਕਰ ਉਹਨਾਂ ਨੇ ਆਪਣੇ ਡੈਮ ਬਣਾ ਲਿਆ, ਉਹਨਾਂ ਪਾਣੀ ਰੋਕ ਲਿਆ, ਔਰ ਜਦੋਂ ਫਾਲਤੂ ਪਾਣੀ ਆਇਆ ਇੱਕਦਮ ਡੈਮ ਖੋਲਿਆ ਤੇ ਫਲੱਡ ਲੈ ਆਉਂਦਾ, ਤੇ ਫਿਰ ਤੁਸੀਂ ਇਹ ਦੱਸੋ ਕਿ ਸਾਡੀ ਫਿਰ ਖੁਰਾਕ ਵੀ ਖੁਦ ਕਮੀਜ਼ ਨਹੀਂ ਲੈਗੀ? ਪਾਣੀ ਦੇ ਬਗੈਰ ਤੇ ਪੈਦਾਵਾਰ ਵੀ ਨਹੀਂ ਆਉਂਦੀ। ਜ਼ਮੀਨ ਜਿਹੜਾ ਪਾਣੀ ਹੈ ਉਹਦੇ ਕੋਲ ਕਿੰਨਾ ਡੂੰਘਾ ਜਾ ਰਿਹਾ ਹੈ? ਹੋਰ ਦੋ ਚਾਰ ਪੰਜ ਸਾਲ ਦੇ ਬਾਅਦ ਸਮਝੋ ਪੰਪਾਂ ਨੇ ਪਾਣੀ ਨਹੀਂ ਖਿੱਚਣਾ, ਸਾਰਾ ਮੁਲਕ ਰੇਗਿਸਤਾਨ ਬਣ ਜਾਏਗਾ। ਜਾਂ ਉਹ ਕਹਿਣਗੇ ਆਪਣਾ ਐਟਮੀ ਪ੍ਰੋਗਰਾਮ ਛੱਡ ਦਿਓ, ਐਟਮੀ ਪ੍ਰੋਗਰਾਮ ਸਾਡੇ ਕੋਲ ਨਾ ਹੋਵੇ ਤੇ ਹਿੰਦੁਸਤਾਨ ਤੇ ਸਾਨੂੰ 10 ਦਿਨ ਨਹੀਂ ਜੂਨ ਦਿੰਦਾ। ਉਹ ਸਤਿਗੁਰਾਂ ਨੇ ਸਾਡੇ ਨਾਲੋਂ, ਉਹਨਾਂ ਦੀ ਫੌਜ ਵੀ ਸਤਿਗੁਰਾਂ ਸਾਡੇ ਨਾਲ। ਇੱਕ ਬੰਦਾ ਸੱਤਾ ਨਾਲ ਕਿੰਨੀ ਦੇਰ ਮੁਕਾਬਲਾ ਕਰ ਸਕਦਾ? ਭਾਵੇਂ ਕਿੰਨੇ ਤਗੜੇ ਹੋਵੋ, ਭਾਵੇਂ ਕਿੰਨੇ ਬਹਾਦਰ ਹੋਵੋ, ਇੱਕ ਬੰਦਾ ਸੱਤਾ ਨਾਲ ਐਵੇਂ 2-4 ਮਿੰਟ ਹੀ ਲੜ ਸਕਦਾ, ਨਹੀਂ ਤਾਂ ਨਹੀਂ ਲੜ ਸਕਦਾ। ਇਹ ਪੋਜੀਸ਼ਨ ਹੈ ਸਾਡੀ, ਐਟਮ ਬੰਬ ਹੀ ਹੈ ਜਿਹੜੇ ਸਾਨੂੰ ਹਿੰਦੁਸਤਾਨ ਤੋਂ ਬਚਾ ਕੇ ਰੱਖੇ ਹੈ। ਅਗਰ ਉਹ ਅਗਲਿਆ ਵਾਪਸ ਕਰਦੇ ਤੇ ਮੈਂ ਵਾਪਸ ਕਰਾ ਲਿਆ ਤੇ ਦੱਸੋ ਅਸੀਂ ਕਿੱਥੇ ਜਾ ਰਹੇ? ਤੋ ਮੇਰੀ ਗੁਜ਼ਾਰਿਸ਼ ਇਹ ਕਿ ਵਕਤ ਆ ਗਿਆ ਕਿ ਕੌਮ ਜਿਹੜਾ ਧਿਆਨ ਨਾਲ ਸੋਚ ਕੇ ਵੋਟ ਦੇਵੇ। ਸਰਦਾਰੀ ਦੀ ਪੀਪਲਸ ਪਾਰਟੀ ਵੀ ਵੇਖ ਲਈਏ, ਮੈਂ ਕਹਿ ਰਿਹਾ ਬਾਰ ਬਾਰ ਸਰਦਾਰੀ ਦੀ ਪੀਪਲਸ ਪਾਰਟੀ ਉਹ ਵੀ ਦੇਖ ਲਈਏ, ਨਵਾਜ਼ ਸ਼ਰੀਫ ਦੀ ਵੀ ਦੇਖ ਲਈਏ, ਤਰੇ ਵਾਰੀ ਹਕੂਮਤ। ਮੈਂ ਸਮਝਦਾ ਕਿ ਇਹ ਦੋਵੇਂ ਬਿਲਕੁਲ ਮੁਕੰਮਲ ਤੌਰ ਤੇ ਫੇਲ ਹੋ ਚੁੱਕੇ ਨੇ। ਇੱਕ ਬੰਦਾ ਹੈ ਜਿਹਦੇ ਨਾਂ ਤੋਂ ਇੱਕ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ, ਉਹਦਾ ਨਾਂ ਇਮਰਾਨ ਖਾਨ। ਅਗਰ ਉਹਨੂੰ ਮੌਕਾ ਦਿਓ, ਮੈਨੂੰ ਉਮੀਦ ਹੈ ਕਿ ਉਹ ਮੁਲਕ ਦੇ ਮਸਾਇਲ ਔਰ ਉਹਦੇ ਨਾਲ ਨਾਲ ਤੁਹਾਡੇ ਮਸਾਇਲ ਦਾ ਬਿਹਤਰੀਨ ਹੱਲ ਤਲਾਸ਼ ਕਰੇਗਾ। ਲੇਕਿਨ ਇੱਕ ਗੱਲ ਮੈਂ ਫਿਰ ਕਹਿ ਰਿਹਾ, ਮੈਂ ਕਿਉਂਕਿ ਰਿਟਾਇਰਡ ਆਦਮੀ ਹਾਂ, ਮੈਂ ਕਿਸੇ ਪਾਰਟੀ ਵਿੱਚ ਨਹੀਂ, ਅਹਿਮਦ PTI ਚ ਮੈਂ ਅਹਿਮਦ ਦਾ ਵਰਕਰ ਹਾਂ, ਉਹਦੇ ਨਾਲ ਹਾਂ। ਮੈਂ ਇੱਕੋ ਗੱਲ ਕਰਨਾ, ਅਗਰ ਇਮਰਾਨ ਖਾਨ ਨੇ ਉਹੀ ਕੀਤਾ ਜੋ ਇਹ ਕਰ ਰਹੇ ਨੇ, ਜਿਹੜਾ ਮੈਨੂੰ ਤਵੱਕੋ ਹੈ ਕਿ ਉਹ ਨਹੀਂ ਕਰੇਗਾ, ਕਿਉਂਕਿ ਮੈਂ ਉਹਨੂੰ 40 ਸਾਲ ਤੋਂ ਜਾਣਨਾ, ਅਗਰ ਉਹਨੇ ਇਹ ਕੀਤਾ ਜੋ ਇਹ ਦੋ ਕਰਦੇ ਰਹੇ ਨੇ, ਤੇ ਸਾਨੂੰ ਹਕੀਮ ਨੇ ਨਹੀਂ ਆਖਿਆ ਕਿ ਅਸਾਂ ਉਹਦੇ ਨਾਲ ਹੀ ਚਮੜਿਆ ਰਹਿਣਾ? ਇਨਸ਼ਾਅੱਲਾ ਹੁਣ ਚੁੱਪ ਕਰਕੇ ਇਹ ਕੌਮ ਬਹਿਣ ਵਾਲੀ ਨਹੀਂ, ਮੀਡੀਆ ਨੇ ਬੜਾ ਸ਼ੌਂਕ ਦੇ ਦਿੱਤਾ, ਹੁਣ ਇਹ ਕੌਮ ਚੁੱਪ ਕਰਕੇ ਨਹੀਂ ਬਵੇਗੀ। ਤੁਸੀਂ ਹਿਸਾਬ ਤੇ ਲਾਓ ਕਿ 2 ਸਵਾਲ ਪੁੱਛੇ ਗਏ ਸਨ ਨਵਾਜ਼ ਸ਼ਰੀਫ ਕੋਲੋਂ, ਤੇ 2 ਸਵਾਲਾਂ ਦਾ ਜਵਾਬ ਨਹੀਂ ਦੇ ਸਕਿਆ। ਸਵਾਲ ਕੀ ਸਨ? ਭਾਈ ਇਹ ਪੈਸੇ ਕਿੱਥੋਂ ਆਏ ਸਨ ਤੇ ਮੁਲਕੋਂ ਬਾਹਰ ਕਿਵੇਂ ਗਏ ਨੇ? ਇਹ 2 ਸਵਾਲ ਪੁੱਛੇ ਸਨ, ਇਹਨਾਂ ਦੋਵਾਂ ਦਾ ਜਵਾਬ ਤੇ ਨਹੀਂ ਮਿਲਿਆ ਜੀ ਸੀ, 2 ਸਾਲ ਹੋ ਗਏ ਨੇ, ਤੇ ਕਹਿੰਦਾ ਫਿਰਦਾ ਮੈਨੂੰ ਕਿਉਂ ਨਿਕਾਲਾ? ਉਹ ਭਾਈਓ ਮੇਰੇ, ਮੈਂ ਕਹਿ ਰਿਹਾ ਸਾਂ ਇਨਸ਼ਾਅੱਲਾ ਇਮਰਾਨ ਖਾਨ ਮਿਸਾਇਲ ਦਾ ਹੱਲ ਕਰੇਗਾ, ਆਵਾਮ ਉਹਦੇ ਕੋਲੋਂ ਕਰਵਾਏਗੀ, ਕਿਉਂਕਿ ਆਵਾਮ ਉਦੋਂ ਹੱਕ ਮਿਲਦਾ ਉਹਨਾਂ ਦਾ ਜਦੋਂ ਆਵਾਮ ਨੂੰ ਆਪਣੇ ਪਹਿਲੇ ਨੰਬਰ ਤੇ ਦੇ ਹਕੂਮ ਦਾ ਪਤਾ ਹੋਵੇ ਔਰ ਦੂਸਰੇ ਨੰਬਰ ਤੇ ਆਪਣਾ ਹੱਕ ਮੰਗਣ ਦੀ ਜਾਂਚ ਹੋਵੇ। ਜਾਂਚ ਤੁਹਾਨੂੰ ਆ ਗਈ ਹੈ, ਇਨਸ਼ਾਅੱਲਾ ਮੈਂ ਕਮੀ ਉਮੀਦ ਰੱਖਣਾ ਕਿ ਅਹਿਮਦ ਸਾਹਿਬ ਵੀ ਤੁਹਾਡੀ ਨੁਮਾਇੰਦਗੀ ਕਰਦਿਆਂ ਹੋਇਆ ਅਸੈਂਬਲੀ ਵਿੱਚ ਤੁਹਾਡੇ ਹਕੂਕ ਨੂੰ ਕਿਸੇ ਨੂੰ ਭੁੱਲਣ ਨਹੀਂ ਦੇਣਗੇ। ਆਖਿਰ ਸਾਰੋਕੀ ਦੇ ਬੰਦਿਆਂ ਦੇ ਗਲੇ ਬਹੁਤ ਉੱਚੇ ਨੇ, ਉਹਦੀ ਆਵਾਜ਼ ਮੇਰੇ ਨਾਲੋਂ ਜ਼ਿਆਦਾ, ਭਾਵੇਂ ਮੈਂ ਮਾਈਕ ਤੇ ਬੋਲ ਰਿਹਾ। ਮਾਸ਼ਾਅੱਲਾ।
آخر انتہائی گزارش کرانا کہ تسی برائے مہربانی صرف اپنے ووٹا تک نہ رہنا اے ورکرز میٹنگ اینے ورکر ہون اگر ایک پنڈ چ دو راتا ہی پورا پنڈ جڑا نا ان سیاسی طور سے پتا کیتا جانا محنت کرو کوشش کرو انشاءاللہ پتا تھوڑے قدم چومے گی خدا حافظ پاکستان زندہ باد لجی تمام احباب جڑے نا وہ ریفریشمنٹ کا بھی انتظام ہے تھوڑے چائے پانی کا بھی بندوبست ہے اور سیاسی جلسے ورگوں نظام تنہا نہ کرایا جائے تو کم نال محبت نال اخلاقی طور پر اپنی سیٹاں تے بیٹھے رہو تو انتظام بہت اچھا ہے ماشاء اللہ تھوڑے واسطے ہی ہے تھوڑے میرے واسطے ہی میرا بھی گلا خراب ہو جانا ہاں جی رام نال محبت نال سیدھا ہے کہ آپس ہی بھراواں بہ کے کھا کے جانا ہے تھوڑے لیے انتظام ہے تھوڑا بہت بہت شکریہ پاکستان زندہ باد عمران خان زندہ باد